ਸ਼ਿਫਤ ਕਿਸਾਨ ਮੋਰਚੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਜਾਂਦੀ ਹੈ। ਇਸ ਚਿੱਠੀ ਬਾਰੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਦਾ ਕੀ ਕਹਿਣਾ, ਗੱਲ ਕਰਦੇ ਹਾਂ। ਸ਼ਾਦੀਪੁਰ ਜੀ, ਚਿੱਠੀ ਲਿਖੀ ਗਈ ਆ ਸ਼ਿਫਤ ਕਿਸਾਨ ਮੋਰਚੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੁੜ ਗੱਲਬਾਤ ਦੇ ਲਈ ਕਿਹਾ ਗਿਆ ਕਿ ਗੱਲਬਾਤ ਦਾ ਰਸਤਾ ਖੋਲ੍ਹਿਆ ਜਾਵੇ, ਅਸੀਂ ਗੱਲਬਾਤ ਕਰਨ ਲਈ ਤਿਆਰ ਆ। ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਚਿੱਠੀ ਨੂੰ? ਚਿੱਠੀ ਕਿਸਾਨਾਂ ਨੇ ਲਿਖੀ, ਸੰਯੁਕਤ ਮੋਰਚੇ ਵੱਲੋਂ ਲਿਖੀ ਗਈ ਹੈ ਚਿੱਠੀ। ਹਾਂਜੀ ਹਾਂਜੀ। ਉਹ ਹੁਣ ਅਗਲਾ ਕੰਮ ਤਾਂ ਸਰਕਾਰ ਦਾ, ਸਰਕਾਰ ਨੇ ਕੀ ਕਰਨਾ ਕੀ ਨਹੀਂ ਕਰਨਾ। ਹਾਂਜੀ ਹਾਂਜੀ। ਕਿਸਾਨਾਂ ਦਾ ਕੰਮ ਤਾਂ ਹੀ ਅਸੀਂ ਗੱਲ ਤੋਰਨੀ, ਹਾਂਜੀ ਹਾਂਜੀ, ਆਪਣੇ ਵੱਲੋਂ ਯਤਨ ਕੀਤਾ ਗੱਲ ਤੋਰਨ ਦੀ। ਹਾਂਜੀ ਹਾਂਜੀ। ਸਰਕਾਰ ਦੇਖੇ ਸਰਕਾਰ ਕੀ ਕਰਨਾ ਚਾਹੁੰਦੀ। ਹਾਂਜੀ। ਪਰ ਅਸੀਂ ਅਪੀਲ ਕਰਾਂਗੇ ਕਿ ਸਰਕਾਰ ਨੂੰ ਹਾਂਜੀ ਇਹ ਗੱਲ ਸਿਰੇ ਲਾ ਦੇਣੀ ਚਾਹੀਦੀ, ਕਿਸੇ ਨਾ ਕਿਸੇ ਕੰਧੇ ਹਾਂਜੀ ਹਾਂਜੀ ਇਹ ਨਿਬੇੜਨਾ ਚਾਹੀਦਾ ਕੰਮ, ਜ਼ਰੂਰੀ ਹਾਂਜੀ ਹਾਂਜੀ। ਹਨਾ, ਸੋ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਕਿਸਾਨਾਂ ਵੱਲੋਂ ਤਾਂ ਇਹ ਕਿਹਾ ਗਿਆ ਸੀਗਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਸਾਡੀ ਮੰਗ ਇਹੀ ਆ, ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਕਾਨੂੰਨ ਰੱਦ ਨਹੀਂ ਕਰਨੇ, ਹੋਰ ਕੋਈ ਸਾਂਝਾ ਬਦਲ ਹੈਗਾ ਤਾਂ ਗੱਲਬਾਤ ਲਈ ਤਿਆਰ ਨੇ। ਸੋ ਕੋਈ ਸਾਂਝਾ ਬਦਲ ਲੈ ਕੇ ਜਾਓਗੇ ਉਹਨਾਂ ਕੋਲ ਜਾਂ ਉਹੀ ਮੰਗ ਹੋਊਗੀ ਯੈਸ ਜਾਂ ਨੋ ਵਾਲੀ? ਨਹੀਂ ਨਹੀਂ ਦੇਖੋ, ਸਾਡੀ ਤਾਂ ਗੱਲ ਜਿਹੜੀ ਸਰਕਾਰ ਤੱਕ ਇਹੀ ਹੈ ਵੀ ਤੁਸੀਂ ਇਹਨਾਂ ਨੂੰ ਰੱਦ ਕਰੋ, ਲੋਕ ਵਾਪਸ ਜਾਣ ਆਪੋ ਆਪਣੇ ਘਰਾਂ ਨੂੰ। ਹਾਂਜੀ ਹਾਂਜੀ। ਹੈ ਕਿ ਨਹੀਂ? ਹਾਂਜੀ, ਨਹੀਂ ਰੱਦ ਕਰਦੀ ਸਰਕਾਰ, ਅਸੀਂ ਬੈਠੇ ਆਪਾਂ, ਗੱਲ ਤਾਂ ਇੰਨੀ ਹੈ। ਹਾਂਜੀ। ਚਿੱਠੀ ਵੇਲੇ ਤੁਹਾਡੀ ਵੀ ਵਿੱਚ ਸਹਿਮਤੀ ਹੋਈ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਚਿੱਠੀ ਲਿਖੀ ਗਈ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ? ਮੈਂ ਤਾਂ ਪੰਜਾਬ ਸੀਗਾ, ਚਲੋ ਆਪਾਂ ਨੂੰ ਸਹਿਮਤੀ ਨਾਲ ਕੋਈ ਨਹੀਂ ਹੁੰਦਾ, ਜਦੋਂ ਲਿਖਤੀ ਉਹ ਸਾਰੇ ਸਹਿਮਤ ਹੁੰਦੀ ਆ। ਹਾਂਜੀ ਹਾਂਜੀ। ਕੋਈ ਨਹੀਂ, ਉਹ ਉਹਨਾਂ ਨੂੰ ਪਤਾ ਹੋਊਗਾ, ਮੈਂ ਪੰਜਾਬ ਸੀਗਾ, ਮੇਰੇ ਤੋਂ ਬਾਅਦ ਲਿਖੀ ਆ ਚਿੱਠੀ। ਹਾਂਜੀ। ਪਰ ਅਸੀਂ ਜੇ ਕੋਈ ਗੱਲ ਨਿਬੜਦੀ ਹੈ ਤਾਂ ਉਹਦੇ ਨਾਲ ਸਹਿਮਤ ਆ, ਨਿਬੜਨਾ ਚਾਹੀਦਾ। ਹਾਂ, ਮੇਰਾ ਤਾਂ ਵੀ ਸ਼ੁਰੂ ਤੋਂ ਲੈ ਕੇ ਇਹ ਰਿਹਾ ਕਿ ਨਿਬੜਨੀ ਚਾਹੀਦੀ ਹੈ ਗੱਲ ਜੋ ਮਰਜ਼ੀ ਹੋਵੇ। ਹਾਂਜੀ, ਕਿਉਂਕਿ ਕਿਉਂਕਿ ਸਰਕਾਰ ਵੀ ਹਰ ਪਲੇਟਫਾਰਮ ਤੇ, ਚਾਹੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਕੋਈ ਨੇ, ਉਹੀ ਗੱਲ ਕਹਿੰਦੇ ਆਏ ਨੇ ਕਿ ਕਾਨੂੰਨ ਰੱਦ ਨਹੀਂ ਹੋਣਗੇ, ਕਿਉਂਕਿ ਕਿਸਾਨਾਂ ਨੂੰ ਵੀ ਉਹ ਅਪੀਲ ਕਰਦੇ ਰਹੇ ਨੇ ਜਾਂ ਕਹਿੰਦੇ ਰਹੇ ਨੇ ਕਿ ਕਿਸਾਨ ਜਿਹੜੀ ਆਪਣੀਆਂ ਅੜੀ ਛੱਡਣ, ਯੈਸ ਜਾਂ ਨੋ ਤੋਂ ਅੱਗੇ ਵਧਣ। ਸਾਡੀ ਕੋਈ ਅੜੀ ਨਹੀਂ ਹੈਗੀ। ਹਾਂਜੀ, ਅਸੀਂ ਤਾਂ ਇਹ ਗੱਲ ਕਹਿੰਦੇ ਨੇ ਸਰਕਾਰ ਸਾਡੀਆਂ ਮੰਗਾਂ ਮੰਨੇ, ਸਰਕਾਰ ਦੱਸਾਂ ਲਵੇ ਟੇਬਲ ਟਾਕ ਕਰੇ। ਹਾਂਜੀ, ਟੇਬਲ ਟਾਕ ਤੇ ਗੱਲ ਹੋਊਗੀ ਸਾਰੀ, ਟੇਬਲ ਟਾਕ ਤੇ ਜਦੋਂ ਗੱਲ ਚੱਲੂਗੀ ਨਾ, ਹਾਂਜੀ, ਫੇਰ ਪਤਾ ਲੱਗਣਾ ਨਾ ਵੀ ਕਿੱਥੇ ਅਸਲੀਅਤ ਕਿੱਥੇ ਹੈ, ਗਲਤੀ ਕਿੱਥੇ ਹੈ, ਉਹਨਾਂ ਚ ਕਿੱਥੇ ਹੈ ਕਮੀ, ਸਾਡੇ ਚ ਕਿੱਥੇ ਹੈ ਕਮੀ। ਹਾਂਜੀ, ਅਜੇ 11 ਵਾਰ ਹੋ ਗਿਆ, ਅਸੀਂ ਤਾਂ ਹਰ ਵਾਰੀ ਆਪਣੀ ਗੱਲ ਜਿਹੜੀ ਉਹ ਦੱਸ ਚੁੱਕੇ ਹਾਂ। ਸਰਕਾਰ ਸਾਨੂੰ ਅਜੇ ਤੱਕ ਨਹੀਂ ਇਹ ਗੱਲ ਦੱਸ ਸਕੀ ਵੀ ਇੱਥੇ ਕਰਕੇ ਜੇ ਅਸੀਂ ਰੱਦ ਕਰਦੇ ਹਾਂ ਤੇ ਸਾਡਾ ਨੁਕਸਾਨ ਹੈ, ਹਨਾ। ਹਾਂਜੀ, ਸ਼ਾਦੀਪੁਰ ਜੀ, ਲੱਗਦਾ ਨਹੀਂ ਵੀ 11 ਦੌਰ ਦੀ ਮੀਟਿੰਗ ਪਹਿਲਾਂ ਹੀ ਹੋ ਚੁੱਕੀ ਆ, ਉਹਨਾਂ ਵਿੱਚ ਅਜੇ ਗੱਲਬਾਤ ਕਿਤੇ ਸਮਝ ਨਹੀਂ ਆਈ ਜਾਂ ਤੁਹਾਨੂੰ ਜਾਂ ਸਰਕਾਰ ਨੂੰ, ਕਿਉਂਕਿ 11 ਦੌਰ ਦੀ ਗੱਲਬਾਤ ਤਾਂ ਪਹਿਲਾਂ ਹੀ ਹੋ ਚੁੱਕੀ ਆ। ਸਰਕਾਰ ਨੂੰ ਸਾਰੀ ਸਮਝ ਆ ਗਈ, ਸਰਕਾਰ ਅਜੇ ਹੇਰਾ ਫੇਰੀ ਕਰੀ ਜਾਂਦੀ ਹੈ, ਪਤਾ ਨਹੀਂ ਕਾਰਨ ਕੀ ਇਸ ਗੱਲ ਦਾ। ਹਾਂਜੀ, ਸਰਕਾਰ ਨੂੰ ਗੱਲ ਨਿਬੇੜਨੀ ਚਾਹੀਦੀ ਹੈ। ਦੇਖੋ, ਲੱਖਾਂ ਦੀ ਤਾਦਾਦ 'ਚ ਲੋਕ ਉੱਥੇ ਸੜਕਾਂ 'ਤੇ ਬੈਠੇ ਨੇ, ਹਾਂਜੀ, ਘਰਾਂ 'ਤੇ ਵਿਹਲੇ ਨਹੀਂ ਹੈਗੇ, ਇਹ ਕੋਈ ਸ਼ੌਂਕ ਨਾਲ ਨਹੀਂ ਬੈਠੇ, ਖੁਸ਼ੀ ਨਾਲ ਨਹੀਂ ਬੈਠੇ, ਹਾਂਜੀ, ਟਿਕਟਾਂ ਵਿਆਹ ਗਏ ਨੇ ਸਾਰੇ, ਮਜਬੂਰੀ ਨਾਲ ਲੋਕ ਬੈਠੇ ਨੇ, ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਗੱਲ, ਸਰਕਾਰ ਨੂੰ ਗੱਲ ਮੰਨ ਕੇ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ। ਤੁਸੀਂ ਇਹ ਕਹਿੰਦੇ ਹੋ ਕਿ ਸਰਕਾਰ ਹੇਰਾ ਫੇਰੀ ਕਰੀ ਜਾਂਦੀ ਹੈ, ਹੇਰਾ ਫੇਰੀ ਕਿਸ ਤਰ੍ਹਾਂ ਦੀ ਸਰਕਾਰ ਕਰ ਰਹੀ ਹੈ ਤੁਸੀਂ ਕਹਿ ਰਹੇ ਹੋ? ਹੇਰਾ ਫੇਰੀ ਵਾਲੀ ਉਹ ਗੱਲ ਜੀ, ਲੋਕਾਂ ਨੂੰ ਪਰੇਸ਼ਾਨ ਕਰਨਾ, ਹੇਰਾ ਫੇਰੀ ਕਹਿ ਲਓ ਜੋ ਮਰਜ਼ੀ, ਹਾਂਜੀ ਹਾਂਜੀ, ਪਰੇਸ਼ਾਨ ਕਰ ਰਹੀ ਹੈ ਲੋਕਾਂ ਨੂੰ, ਹਾਂਜੀ ਜੀ, ਇਹ ਪਰੇਸ਼ਾਨੀ ਹੈ ਜੋ ਸਰਕਾਰ ਨੇ ਬੁਲਾਉਣਾ ਨਹੀਂ, ਲੋਕ ਬੈਠਿਆ ਸੜਕਾਂ ਤੇ, ਅਸੀਂ ਹਜ਼ਾਰ ਬਾਰੇ ਗੱਲ ਕਹਿ ਚੁੱਕੇ ਹਾਂ ਕਿ ਸਰਕਾਰ ਬੁਲਾਵੇ ਅਸੀਂ ਜਾਵਾਂਗੇ, ਹਾਂਜੀ ਹਾਂਜੀ, ਚਿੱਠੀ ਵੀ ਲਿਖਤੀ ਕਿ ਸਰਕਾਰ ਬੁਲਾਵੇ, ਹਾਂਜੀ ਹਾਂਜੀ, ਹਨਾ, ਹਾਂਜੀ, ਬੁਲਾਉਣਾ ਤੇ ਸਰਕਾਰ ਨੇ ਹੀ ਹੈ ਨਾ। ਹਾਂਜੀ, ਹੁਣ 3-4 ਦਿਨ ਹੋ ਗਏ ਤੁਸੀਂ ਪੀਐਮ ਨੂੰ ਚਿੱਠੀ ਲਿਖਤੀ, ਸਰਕਾਰ ਵੱਲੋਂ ਕੋਈ ਬੁਲਾਵਾ ਆਇਆ, ਕੋਈ ਪੈਗਾਮ ਆਇਆ ਜਾਂ ਸਰਕਾਰ ਵੱਲੋਂ ਕਾਲ ਆਈ ਕੋਈ? ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਰਹੇ ਆ ਕਿ ਮੈਂ ਇੱਕ ਕਾਲ ਦੀ ਦੂਰੀ ਤੇ ਹੁਣ ਕਾਲ ਤੁਸੀਂ ਦੇ ਦਿੱਤੀ ਚਿੱਠੀ ਦੇ ਰੂਪ 'ਚ। ਦੇਖੋ, ਇਹ ਗਲਤ ਗੱਲਾਂ ਨੇ, ਸਰਕਾਰ ਆਪਣੀ ਮਰਜ਼ੀ ਕਰਦੀ ਹੈ, ਸਰਕਾਰ ਆਪਣੀ ਮਰਜ਼ੀ ਚਲਾਉਂਦੀ ਹੈ, ਕੇਵਲ ਕਿਸਾਨਾਂ ਦੀ, ਮਜ਼ਦੂਰਾਂ ਦੀ, ਹੋਰ ਵਰਗ ਦੀ ਕੋਈ ਗੱਲ ਸੁਣ ਕੇ ਕੋਈ ਨੂੰ ਤਿਆਰ ਨਹੀਂ ਸਰਕਾਰ, ਜਦੋਂ ਕਿ ਸਰਕਾਰ ਨੂੰ ਗੱਲ ਸੁਣ ਕੇ ਮਸਲਾ ਹੱਲ ਕਰ ਦੇਣਾ ਚਾਹੀਦਾ, ਗੱਲ ਤਿਆਰ ਹੈ। ਸ਼ਾਦੀਪੁਰ ਜੀ, 6 ਮਹੀਨੇ ਦਾ ਵਕਫਾ ਹੋ ਚੱਲਿਆ, 6 ਮਹੀਨੇ ਹੀ ਕਹਿ ਕੇ ਚੱਲੇ ਸੀ ਜਦੋਂ ਪੰਜਾਬ ਤੋਂ ਤੁਸੀਂ ਤੁਰੇ ਸੀ ਜੱਥੇ ਲੈ ਕੇ, ਕਹਿ ਕੇ ਚੱਲੇ ਸੀ ਵੀ 6 ਮਹੀਨੇ ਸੀ ਬੈਠਕ, 6 ਮਹੀਨੇ ਤਕਰੀਬਨ ਪੂਰੇ ਹੋ ਚੁੱਕੇ, ਹੁਣ ਅਗਲੀ ਰਣਨੀਤੀ ਕੀ ਹੋਏਗੀ? ਚਿੱਠੀ ਲਿਖ ਦਿੱਤੀ, ਇਸ ਤੋਂ ਅਗਲੀ ਰਣਨੀਤੀ ਕੀ? ਦੇਖਦੇ ਆ ਜੀ, 6 ਮਹੀਨੇ ਤੋਂ ਬਾਅਦ ਰਣਨੀਤੀ ਸਾਡੀ ਚੱਲਦੀ ਹੈ, ਸਾਡਾ ਵੀ ਸ਼ਾਂਤਮਈ ਅੰਦੋਲਨ ਹੈ, ਸ਼ਾਂਤਮਈ ਚੱਲਦਾ ਰਹੂਗਾ, ਹਾਂਜੀ, ਸ਼ਾਂਤਮਈ ਢੰਗ ਨਾਲ ਬੈਠੇ ਆ, ਬੈਠੇ ਰਹਾਂਗੇ ਜਿਵੇਂ ਤੋਂ ਸਰਕਾਰ ਬਿਠਾਉਣਾ ਚਾਹੁੰਦੀ ਹੈ। ਹਾਂਜੀ, ਪਰ ਇਹਨਾਂ ਦੀ ਜਿੱਤ ਕੇ ਅੰਦੋਲਨ ਜਿਹੜਾ ਵਾਪਸ ਮੁੜਾ ਗਿਆ, ਆਪਣੀਆਂ ਮੰਗਾਂ ਮਨਾ ਕੇ ਮੁੜਾ, ਕਿਉਂਕਿ ਅੱਜ ਦੇ ਜੇ ਦੌਰ ਦੀ ਹੁਣ ਗੱਲ ਕੀਤੀ ਜਾਵੇ ਤਾਂ ਕਰੋਨਾ ਦਾ ਦੌਰ ਚੱਲ ਰਿਹਾ, ਸਰਕਾਰ ਵੀ ਕਿਤੇ ਨਾ ਕਿਤੇ, ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਨੂੰ ਲੈ ਕੇ ਵੀ ਕਿਸਾਨਾਂ ਤੇ ਨਿਸ਼ਾਨੇ ਲਾਉਂਦੇ ਰਹੀ ਆ। ਸੋ ਇਸ ਤਰ੍ਹਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਜੇ ਕਰੋਨਾ ਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਉੱਥੇ? ਦੇਖੋ ਜੀ, ਕੋਈ ਉੱਥੇ ਤਾਂ ਮੰਨਦਾ ਨਹੀਂ ਸਾਡੀ ਗੱਲ, ਜਿਹੜੀ ਤੁਹਾਨੂੰ ਪਿਆਰ ਕੇ ਅਸੀਂ ਇਕੱਲੇ ਨੂੰ ਕਹਿ ਦਈਏ ਵੀ ਕਰੋਨਾ ਥੋੜਾ ਜਿਹਾ ਸੋਸ਼ਲ ਡਿਸਟੈਂਸਿੰਗ ਕਰ ਲਓ, ਕੋਈ ਨਹੀਂ ਮੰਨਣ ਨੂੰ ਪਿਆਰ ਉੱਥੇ ਇਸ ਗੱਲ ਨੂੰ, ਹਾਂਜੀ, ਤੇ ਇਸ ਕਰਕੇ ਪਰਮਾਤਮਾ ਦੀ ਉਹ ਕਿਰਪਾ, ਲੋਕ ਬੈਠੇ ਨੇ,
ਜਿਹੜਾ ਬੰਦਾ ਇਸ ਦੁਨੀਆਂ ਤੋਂ ਚਲਿਆ ਜਾਂਦਾ ਉਹ ਵਾਪਸ ਨਹੀਂ ਆ ਸਕਦਾ, ਕਾਨੂੰਨ ਦੁਆਰੇ ਬਣਾਏ ਜਾ ਸਕਦੇ ਨੇ। ਹਾਂਜੀ, ਕਿੰਨੀ ਦੁਨੀਆਂ ਦੀ ਮੌਤ ਹੋ ਗਈ, 450 ਤੋਂ ਉੱਪਰ ਕਿਸਾਨ ਜਿਹੜਾ ਸ਼ਹੀਦ ਹੋ ਗਿਆ ਉੱਥੇ। ਹਾਂਜੀ, ਸਰਕਾਰ ਅਜੇ ਤੱਕ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ, ਠੀਕ ਹੈ ਨਾ। ਕਾਨੂੰਨ ਦੁਬਾਰੇ ਬਣਾਏ ਜਾ ਸਕਦੇ ਨੇ, ਜਿਹੜਾ ਇਹ ਸੰਸਾਰ ਤੋਂ ਚਲਿਆ ਗਿਆ ਉਹ ਵਾਪਸ ਨਹੀਂ ਆਊਗਾ। ਇਹ ਸਰਕਾਰ ਨੂੰ ਦੁੱਖ ਰੱਖਣੀ ਚਾਹੀਦੀ ਹੈ ਗੱਲ, ਇਹ ਮੰਗ ਮੁੱਖ ਰੱਖ ਕੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਕੇ ਉਸ ਤੋਂ ਬਾਅਦ ਸਾਰੇ ਲੋਕਾਂ ਨੂੰ ਨਾਲ ਲੈ ਕੇ, ਹਰ ਵਰਗ ਨੂੰ ਨਾਲ ਲੈ ਕੇ ਦੁਬਾਰੇ ਬਣਾ ਦੇਣੇ ਚਾਹੀਦੇ। ਇੱਕ ਲਾਸਟ ਤੇ ਜਾਂਦੇ ਜਾਂਦੇ ਇਹ ਵੀ ਦੱਸ ਦੋ, ਕਿਉਂਕਿ 2022 ਬਿਲਕੁਲ ਨੇੜੇ ਆ ਰਹੀ ਹੈ, ਪੰਜਾਬ 'ਚ ਤਾਂ ਕਿਸਾਨਾਂ ਦੀ ਭੂਮਿਕਾ ਅਸੀਂ ਦੇਖ ਹੀ ਰਹੇ ਹਾਂ, ਤੇ ਇਹਦੇ ਨਾਲ ਕਿਉਂਕਿ ਇਲੈਕਸ਼ਨ ਦਾ ਜਿਹੜਾ ਦੌਰ ਆ 2022 ਦੇ ਵਿੱਚ ਯੂਪੀ ਦੇ ਵਿੱਚ ਵੀ ਇਲੈਕਸ਼ਨ ਨੇ, ਉੱਤਰਾਖੰਡ ਦੇ ਵਿੱਚ ਵੀ ਇਲੈਕਸ਼ਨ ਨੇ, ਪੱਛਮ ਬੰਗਾਲ 'ਚ ਤੁਸੀਂ ਪ੍ਰਚਾਰ ਕੀਤਾ, ਕਿਸਾਨ ਗਏ ਉੱਥੇ, ਕਿਸਾਨ ਆਗੂਆਂ ਨੇ ਪ੍ਰਚਾਰ ਕੀਤਾ। ਸੋ ਜੇ ਯੂਪੀ, ਪੰਜਾਬ ਜਾਂ ਉੱਤਰਾਖੰਡ ਦੀ ਗੱਲ ਕੀਤੀ ਜਾਵੇ 2022 ਦੀ ਚੋਣਾਂ ਦੀ, ਤਾਂ ਉੱਥੇ ਕਿਸ ਤਰ੍ਹਾਂ ਦੀ ਭੂਮਿਕਾ ਰਹੂਗੀ ਕਿਸਾਨ ਅੰਦੋਲਨ ਦੀ? ਦੇਖੋ, ਅਸੀਂ ਹਰ ਇੱਕ ਜਗ੍ਹਾ ਤੇ ਭਾਜਪਾ ਦੇ ਖਿਲਾਫ਼ ਪ੍ਰਚਾਰ ਕਰਾਂਗੇ ਜਿੱਥੇ ਜਿੱਥੇ ਵੀ ਪਹਿਲਾਂ ਇਲੈਕਸ਼ਨ ਹੋਊਗੀ, ਜੇਕਰ ਨਾ ਮੰਨੇਗਾ, ਜੇ ਮੰਗਾਂ ਇਹਨਾਂ ਨੇ ਨਾ ਮੰਨੀਆਂ, ਜੇਕਰ ਮੰਗਾਂ ਮੰਨੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਅੱਗੇ ਵਿਚਾਰਿਆ ਜਾ ਸਕਦਾ ਕਿਹੜੇ ਢੰਗ ਨਾਲ ਚੱਲ ਰਹੇ ਨੇ, ਨਹੀਂ ਤਾਂ ਹਰ ਜਗ੍ਹਾ ਤੇ ਅਸੀਂ ਇਹਦੇ ਖਿਲਾਫ਼ ਪ੍ਰਚਾਰ ਕਰਕੇ ਇਹਨਾਂ ਨੂੰ ਹਰਾਵਾਂਗੇ, ਹਰਾਉਣ ਦਾ ਯਤਨ ਕਰਾਂਗੇ। ਤੇ ਇਹਦੇ ਨਾਲ ਹੀ ਇੱਕ ਲਾਸਟ ਤੇ ਜਾਂਦੇ ਜਾਂਦੇ ਇੱਕ ਸਵਾਲ ਆ, ਉਗਰਾਹਾਂ ਜਿਹੜੀ ਭਾਰਤੀ ਕਿਸਾਨ ਇੱਕ ਯੂਨੀਅਨ ਉਗਰਾਹਾਂ, ਉਹਨਾਂ ਨੇ ਪਟਿਆਲੇ ਦੇ ਵਿੱਚ 3 ਦਿਨ ਦਾ ਰੋਸ ਮਾਰਚ ਰੱਖਿਆ, ਇੱਕ ਧਰਨਾ ਦੇਣਾ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਪਟਿਆਲੇ ਦੇ ਵਿੱਚ, ਤੁਸੀਂ ਵੀ ਉਹਨਾਂ ਦੇ ਨਾਲ ਹੋ ਜਾਂ ਉਹ ਇਕੱਲੇ ਹੀ ਦੇਣਗੇ ਧਰਨਾ ਇਹ ਕਿਸਾਨ ਮੋਰਚੇ ਨਾਲ? ਉਹ ਦੱਸੋ, ਸਾਡੇ ਨਾਲ ਤਾਲਮੇਲ ਦੇ ਵਿੱਚ ਹੈਗੇ ਨੇ ਬੰਦਰ, ਇਸ ਤੋਂ ਪ੍ਰੋਗਰਾਮ ਆਪਣੇ ਲੱਗ ਦਿੰਦੇ ਨੇ, ਇਹਦੇ ਬਾਰੇ ਉਹੀ ਜਾਣਕਾਰ ਨੇ, ਉਹੀ ਦੱਸ ਸਕਦੇ ਨੇ, ਸਾਡਾ ਨਿਯੁਕਤ ਮੋਰਚੇ ਦਾ ਪ੍ਰੋਗਰਾਮ ਹੀ ਨਹੀਂ। ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸ਼ਾਦੀਪੁਰ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।